ਦੋਸਤੋ ਅੱਜ ਗੱਲ ਕਰਾਂਗੇ ਜੌਂਡੀਆ 53 10 CRDI ਦੇ ਬਾਰੇ ਜਿਹੜੇ ਇਹਦੇ ਵਿੱਚ ਫੀਚਰ ਆਉਂਦੇ ਨੇ ਜਿਵੇਂ ਕਿ ਤੁਸੀਂ ਜਾਣਦੇ ਹੋ ਦੋਸਤੋ ਪਹਿਲਾਂ ਟਰੈਕਟਰ ਦੇ ਵਿੱਚ ਜਾਂ ਤੇ EGR ਵਾਲ ਮਿਲਦਾ ਸੀ ਜਾਂ ਟਰਬੋ ਮਿਲਦਾ ਸੀ ਇਸ ਟਰੈਕਟਰ ਦੇ ਵਿੱਚ EGR ਵਾਲ ਵੀ ਮਿਲਦਾ ਤੇ ਨਾਲ ਦੀ ਨਾਲ ਆਪਾਂ ਨੂੰ ਟਰਬੋ ਵੀ ਮਿਲ ਜਾਂਦਾ ਇੰਟਰਕੂਲਰ ਵੀ ਮਿਲ ਜਾਂਦਾ ਹੈ ਅਗਰ SFC ਦੀ ਗੱਲ ਕਰੀਏ ਤੇ 187 ਗ੍ਰਾਮ SFC ਮਿਲ ਜਾਂਦੀ ਹੈ ਅਡਜਸਟੇਬਲ ਪਾਵਰ ਸਟੀering ਮਿਲ ਜਾਂਦਾ ਨਾਲ ਦੀ ਨਾਲ ABCD ਗੇਅਰ ਮਿਲ ਜਾਂਦੇ ਨੇ ਇਲੈਕਟ੍ਰੋਨਿਕ AMD ਮਿਲ ਜਾਂਦੀ ਹੈ ABCD ਗੇਅਰ ਯਾਨੀ ਕਿ ਗੇਅਰ ਪ੍ਰੋ ਲਿਫਟ ਪ੍ਰੋ ਟਰੈਕਟਰ ਹੈ ਇਹਦੇ ਚ ਆਪਾਂ ਨੂੰ PTO ਦੀ ਪਾਵਰ ਜਿਹੜੀ ਮਿਲ ਜਾਂਦੀ ਹੈ 51 HP ਤੇ ਦੋਸਤੋ ਅਗਰ ਆਪਾਂ ਗੱਲ ਕਰੀਏ ਲਿਫਟ ਦੀ ਤੇ 2200 kg ਦੀ ਲਿਫਟ ਕਪੈਸਿਟੀ ਇਹਦੇ ਚ ਮਿਲ ਜਾਂਦੀ ਹੈ ਚੱਕਰਾਂ ਦੀ ਗੱਲ ਕਰੀਏ ਅਗਰ PTO ਦੇ ਤੇ ਇਹਦੇ ਚ ਆਪਾਂ ਨੂੰ 540 ਤੇ 540 ਇਕਨੋਮੀ ਮਿਲ ਜਾਂਦੇ ਨੇ ਦੋਸਤੋ ਟਰੈਕਟਰ ਸਮੇਂ ਦੇ ਹਿਸਾਬ ਨਾਲ ਬਹੁਤ ਅਪਡੇਟ ਹੋ ਗਿਆ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੇ ਸਮੇਂ ਤੁਹਾਨੂੰ ਇਹੋ ਜਿਹੀ ਵੀਡੀਓ ਮਿਲਦੀਆਂ ਰਹਿਣ ਦੋਸਤੋ ਗੱਲ ਕਰ ਲੈਨੇ ਆ ਪ੍ਰਾਈਸ ਦੀ ਪ੍ਰਾਈਸ ਹੈ ਜੀ 12.5 ਲੱਖ